ਜਦੋਂ ਪਿੰਡ ਜਾਂਦੇ ਹੋ ਪਹਿਲਾਂ ਕੀ ਉੱਥੇ ਕੰਮ ਜਾ ਕੇ? ਮੇਰੇ ਘਰ ਤੋਂ ਪਹਿਲਾਂ ਨਾ ਮੇਰੇ ਫਾਦਰ ਸਾਹਿਬ ਦੀ ਕਬਰ ਪੈਂਦੀ, ਉਹਨਾਂ ਦਾ ਘਰ ਪੈਂਦਾ ਜਿਹਨੂੰ ਸ਼ਹਿਰੇ ਖਾਮੋਸ਼ਾ ਕਹਿੰਦੇ। ਇੱਕ ਪਾਸੇ ਮੇਰੀ ਅੰਮੀ ਜਾਨ ਦੀ ਕਬਰ, ਅਤੇ ਪਹਿਲਾਂ ਵੀ ਅਤੇ ਆਖਰ ਵੀ ਮੇਰਾ ਕੰਮ ਹੀ ਇਹੀ ਹੁੰਦਾ ਕਿ ਜਾ ਕੇ ਉਹਨਾਂ ਕੋਲ ਗੱਲਾਂ ਕਰਾਂ। ਮੈਂ ਪਹਿਲੇ ਵੀ ਜਾਂਦਾ, ਫਿਰ ਜਿੰਨੀ ਦਿਨ ਉੱਥੇ ਰਹਿਣਾ ਹਰ ਦਿਨ ਜਾਂਦਾ, ਔਰ ਇਕੱਲੇ ਜਾਂਦਾ, ਔਰ ਬੜੇ ਟਾਈਮ ਉੱਥੇ ਬਹਿ ਕੇ ਰੂਹ ਨੂੰ ਜਦੋਂ ਠੰਡੀ ਹੋ ਜਾਏ ਰੂਹ, ਫਿਰ ਉਹਨਾਂ ਬੜੀਆਂ ਗੱਲਾਂ ਉਹਨਾਂ ਨੂੰ ਦੱਸਦਾ ਉੱਥੇ ਜਾ ਕੇ। ਅਤੇ ਮੈਂ ਨਾ ਉਹਨਾਂ ਕੋਲ ਜਾ ਕੇ ਨਾਤਾਂ ਸੁਣਾਉਂਦਾ ਉਹਨਾਂ ਨੂੰ, ਬੜੀਆਂ ਦੁਆਵਾਂ ਉਹਨਾਂ ਲਈ ਕਰਕੇ ਕਿ ਰੱਬਾ ਜਿਵੇਂ ਉਹਨਾਂ ਨੇ ਮੈਨੂੰ ਠੰਡਿਆਂ ਰੱਖਿਆ ਨਾ, ਇਵੇਂ ਕਬਰ 'ਚ ਠੰਡਿਆਂ ਰੱਖੀ ਮੇਰੇ ਮਾਂ ਬਾਪ ਨੂੰ।